ਮੇਰੇ ਮੀਆਂ ਜੋਕਰ ਦਾ ਕੰਮ ਕਰਦੇ ਨੇ। ਪਹਿਲੇ ਕੰਮ ਕਰਦੇ ਸੀ ਇੱਥੇ ਬਰਗਰਾਂ ਦਾ ਫੋਟਰਸ, ਉਸ ਤੋਂ ਬਾਅਦ ਕੋਈ ਮਸਲਾ ਮਸਾਲ ਬਣ ਗਿਆ, ਫੋਟਰਸ ਦੁਕਾਨ ਵਿਕ ਗਈ ਸੀ। ਉਸ ਫਿਰ ਉੱਧਰ ਚਲੇ ਗਿਆ ਲਿਬਰਟੀ। ਲਿਬਰਟੀ ਜਦੋਂ ਇਹਨਾਂ ਨੇ ਵੇਖਿਆ ਜੋਕਰਾਂ ਨੂੰ, ਇਹਨਾਂ ਦੇ ਵੀ ਦਿਲ ਕਰਨ ਲੱਗ ਗਿਆ ਕਿ ਮੈਂ ਵੀ ਇਹ ਕੰਮ ਕਰਨਾ ਹੈ। ਪਹਿਲੇ ਮੈਂ ਇਜਾਜ਼ਤ ਨਹੀਂ ਸਾ ਦਿੰਦੀ ਕਿਉਂਕਿ ਮੈਨੂੰ ਸ਼ਰਮ ਆਉਂਦੀ ਸੀ, ਲੇਕਿਨ ਜਦੋਂ ਇਹ ਕੰਮ ਕਰਨ ਲੱਗ ਗਿਆ ਤਾਂ ਉਸ ਤੋਂ ਬਾਅਦ ਠੀਕ ਹੋ ਗਿਆ ਕਿ ਮੈਂ ਇੱਕ ਦੋ ਦਫ਼ਾ ਗਈ ਉੱਥੇ ਵੇਖ ਕੇ ਹੀ ਆ ਕਿ ਸਾਰੇ ਜੋਕਰ ਜਾ ਰਿਹਾ ਸੀ, ਇਹ ਵੀ ਜਾ ਰਿਹਾ ਸੀ, ਬਹੁਤ ਅੱਛਾ ਲੱਗ ਰਿਹਾ ਸੀ। ਤੂੰ ਕੜਾ 'ਚ ਕੰਮ ਕਰਦੇ ਸੀ ਕਿ ਜੋ ਮਿਲ ਗਿਆ ਉਹ ਕਰ ਲਿਆ, ਕਦੀ ਕੰਡਕਟਰ ਵੀ ਕੀਤੀ ਹੋਈ ਹੈ, ਖੇਤਾਂ ਵਿੱਚ ਵੀ ਕੰਮ ਕੀਤਾ ਹੋਇਆ ਹੈ, ਇਹੋ ਜਿਹੜਾ ਵੀ ਮਿਲਦਾ ਹੁੰਦਾ ਸੀ ਨਾ ਕਰ ਲੈਂਦੇ ਹੁੰਦੇ ਸੀ। ਤਕਰੀਬਨ ਮੈਂ 6-7 ਸਾਲ ਤੱਕ ਉੱਥੇ ਰਹੀ ਸ਼ਾਦੀ ਤੋਂ ਬਾਅਦ, ਇੱਥੇ ਆਈ ਨੂੰ ਮੈਨੂੰ 15 ਸਾਲ ਹੋ ਗਏ ਨੇ। 15 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਨੇ ਕੰਮ ਕੀਤਾ, ਕਦੀ ਬਰਗਰਾਂ ਦਾ, ਸ਼ਵਾਰਮੇ ਦਾ, ਸਬਜ਼ੀ ਦਾ, ਫਰੂਟ ਦਾ, ਪਾਨਾਂ ਦਾ, ਸਿਗਟਾਂ ਦਾ, ਬਹੁਤ ਜ਼ਿਆਦਾ ਕੰਮ ਕੀਤਾ। ਲੇਕਿਨ ਜਦੋਂ ਦਾ ਇਹ ਕੰਮ ਕਰਨ ਲੱਗੇ ਨੇ ਨਾ, ਉਦੋਂ ਦੇ ਅਸੀਂ ਕਿ ਰਿਲੈਕਸ ਹਾਂ। ਮੇਰਾ ਨਾਮ ਮੁਹੰਮਦ ਅਨਵਰ ਹੈ ਜੀ, ਜੋਕਰ ਦਾ ਮੈਂ ਕੰਮ ਕਰਨਾ, ਉਮਰ ਮੇਰੀ 36 ਸਾਲ। ਉਕਾਲੇ ਦੇ ਰਹਿਣ ਵਾਲੇ ਜੀ, ਉਕਾਲੇ ਜੀ ਪੈਦਾ ਹੋਏ, ਉੱਥੇ ਹੀ ਆਪਦਾ ਕੰਮ ਕਾਜ ਸੀ, ਮਾਲ ਡੰਗਰ ਸੀ, ਮੱਝਾਂ ਦਾ ਕੰਮ ਸੀ ਸਾਡਾ, ਯਾਨੀ ਕਿ ਅਸੀਂ ਉੱਥੇ ਆਪਦਾ ਪੱਠਿਆਂ ਦੱਤਿਆਂ ਦੇ ਵਿੱਚ ਲੱਗੇ ਰਹੇ ਹਾਂ। ਅਤੇ ਵਾਲਾ ਸਾਹਿਬ ਸਾਡੇ ਗੁੜ ਸ਼ੱਕਰ ਦਾ ਕੰਮ ਕਰਦੇ ਸਨ, 9 ਭੈਣ ਭਾਈ ਅਸੀਂ। ਉੱਥੇ ਕੰਮ ਕਾਜ ਲਈ ਮਤਲਬ ਇੰਨਾ ਹੈ ਨਹੀਂ ਸੀ ਸਿਸਟਮ। ਸ਼ਾਦੀ ਤੋਂ ਬਾਅਦ ਮੈਂ ਸੋਚਿਆ ਕਿ ਹੁਣ ਕੀ ਨਾਨੀਆਂ ਦਾ ਗੁਜ਼ਾਰਾ ਨਹੀਂ ਹੈ, ਹੁਣ ਗੁਜ਼ਾਰਾ ਕਿ ਕੁਛ ਬੱਚੇ ਹੋਣਗੇ, ਅਗਾਂਹ ਆਪਣੀ ਲਾਈਫ ਬਣਾਵਾਂਗੇ। ਮੈਂ ਆਪਣਾ ਮਤਲਬ ਕਿ ਮੈਂ ਬਣਨਾ ਚਾਹੁੰਦਾ ਸੀ ਕੁਛ। ਕਾੜੇ ਤੋਂ ਅਸੀਂ ਆਏ ਲਾਹੌਰ, ਲਾਹੌਰ ਉੱਥੇ ਚਿੜੀਆ ਘਰ ਆ ਗਏ, ਉੱਥੇ ਕੰਟੀਨਾ ਸੀ, ਉੱਥੇ ਇੱਕ ਤਲਕ ਵਾਲਾ ਬੰਦਾ ਸੀ, ਉਹਨੇ ਮੈਨੂੰ ਰੱਖ ਲਿਆ ਉੱਥੇ। ਫਿਰ ਉਹਨਾਂ ਨਾਲ ਚਿਣਿਆਂ ਦਾ ਕੰਮ ਕਰਨ ਲੱਗ ਪਏ, ਯਾਨੀ ਕਿ ਉੱਥੇ ਫਿਰ ਯੂ ਦੇ ਵਿੱਚ ਆ ਗਏ। ਉੱਥੇ ਵੇਖਣਾ ਮੈਂ ਜੋਕਰ ਬੜਾ ਪਿਆਰ ਕਰਦੇ ਸੀ ਬੱਚਿਆਂ ਨਾਲ, ਮੈਨੂੰ ਵੀ ਪਿਆਰ ਸੀ ਖਿਲੌਣਿਆਂ ਦਾ, ਮੈਨੂੰ ਪਹਿਲਾਂ ਹੀ ਬੜਾ ਸ਼ੌਕ ਸੀ। ਮੇਰਾ ਵੀ ਇਰਾਦਾ ਸੀ ਮੈਂ ਵੀ ਇਹਨਾਂ ਤਰ੍ਹਾਂ ਬੱਚਿਆਂ ਨੂੰ ਖਿਲਾਵਾਂ, ਦਿਲ ਬਹਿਲਾਵਾਂ, ਯਾਨੀ ਕਿ ਮੈਨੂੰ ਅੱਛਾ ਲੱਗਦਾ ਸੀ। ਮੇਰੇ ਦਿਲ ਦੀ ਇਹ ਇੱਕ ਹਸਰਤ ਸੀ ਕਿ ਮੈਂ ਇੱਕ ਕਲੋਨ ਬਣਾ। ਮੈਂ ਉੱਥੇ ਲਿਬਰਟੀ ਜਾਣ ਲੱਗ ਪਿਆ, ਉੱਥੇ ਮੈਨੂੰ ਅੱਛਾ ਫਨ ਨਹੀਂ ਸੀ ਮੇਰੇ ਕੋਲ। ਮੈਨੂੰ ਉੱਥੋਂ ਇੱਕ ਉਸਤਾਦ ਮਿਲਿਆ, ਉਸਤਾਦ ਨੇ ਅੱਛੇ ਤਰੀਕੇ ਨਾਲ ਮੈਨੂੰ ਦੱਸਿਆ ਕਿ ਬੇਟਾ ਇੰਜ ਨਹੀਂ, ਇੰਜ ਲੋਕ ਆਉਂਦੇ ਵੀ ਰਹਿੰਦੇ ਨੇ ਅੱਛੇ ਬੁਰੇ, ਬੁਰਾ ਨਹੀਂ ਮਨਾਉਣਾ, ਤੇਰਾ ਕੰਮ ਹੈ ਸੂਲੀ 'ਤੇ ਚੜ੍ਹ ਜਾਣਾ, ਬੱਚੇ ਨੂੰ ਖੁਸ਼ ਕਰਨਾ, ਤੇਰਾ ਕੰਮ ਹੈ ਆਪਣੀ ਫਨਕਾਰੀ ਵਿਖਾਉਣਾ, ਜਿੱਦਾਂ ਕਿ ਬੱਚਾ ਤੇਰੇ ਵੱਲ ਤਵੱਜੋ ਕਰੇ, ਤੇਰੇ ਵੱਲ ਉਹ ਚਾਹਤ ਕਰੇ ਮਿਲਣ ਦੀ। ਜਦੋਂ ਚਲੇ ਜਾਈਦਾ ਖਿਲੌਣੇ ਹੁੰਦੇ ਨੇ ਬੱਚਿਆਂ ਦੇ, ਮਾਕਸ ਵਗੈਰਾ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਸਪਿਨਰ ਹੋ ਗਿਆ, ਇਹ ਜਿਹੜੇ ਫਲਾਵਰ ਹੋ ਗਿਆ, ਇਹ ਲੈ ਕੇ ਜਾਈਦਾ ਲਿਬਰਟੀ 'ਚ, ਅਤੇ ਉੱਥੇ ਕੰਮ ਕਾਜ ਅੱਛਾ ਹੋ ਜਾਂਦਾ, ਗੁਜ਼ਾਰਾ ਹੋ ਜਾਂਦਾ। ਬੱਚਿਆਂ ਨੂੰ ਗਿਫਟ ਦੇ ਦਈਏ ਅਤੇ ਉਹ ਖੁਸ਼ ਹੋ ਜਾਂਦੇ ਨੇ, ਇੰਨੇ 'ਚ ਫਿਰ ਉਹ ਜੋ ਤਫੀਕ ਹੋਵੇ ਉਹ ਮੈਨੂੰ ਦੇ ਦਿੰਦੇ ਨੇ। ਮਾਸ਼ਾਅੱਲਾ ਅੱਛਾ ਗੁਜ਼ਾਰਾ ਹੋਣ ਲੱਗ ਪਿਆ। ਆਹ ਮਾਸ਼ਾਅੱਲਾ ਸ਼ੁਕਰ ਹੈ ਅੱਲਾ ਦਾ ਕਿ ਮੇਰੇ ਬੱਚੇ ਨੇ ਪੜ੍ਹਾਏ ਲਿਖਾਏ ਨੇ ਲਾਹੌਰ ਆ ਕੇ, 4 ਬੱਚੇ ਨੇ ਮੇਰੇ ਇੱਥੇ ਆ ਕੇ। ਮੈਂ ਉਹਨਾਂ ਨੂੰ ਕਿਸੇ ਨੂੰ 10 ਕਰਾਈਆਂ ਨੇ, ਕਿਸੇ ਨੂੰ 8 ਕਰਾਈਆਂ ਨੇ, ਕਿਸੇ ਨੂੰ 9 ਕਰਾਈਆਂ ਨੇ। ਇਹ ਤੁਹਾਡੇ ਤਾਏ ਅੱਬੂ ਹੈ, ਇਹ ਟ੍ਰੇਨ ਐਕਸੀਡੈਂਟ ਮੇ ਮਾਰੇ ਗਏ। ਇਹ ਆਪ, ਇਹ ਬਰੇ, ਇਹ ਆਪ, ਹਾਂ, ਇਹ ਮੈਂ ਦੂਲਾ ਬਣਾਉਂ ਤੋ ਆਪ ਮੈਂ ਖੁਦ ਹੀ ਹੋਊਂਗਾ। ਇਹ ਮੰਮਾ ਤਾਂ ਨਹੀਂ ਲੱਗ ਰਹੀ, ਤੋ ਤਿਆਰ ਕੀ ਹੈ ਨਾ ਬੇਟਾ, ਉਹਨੂੰ ਸਾਇਦਾ ਆਂਟੀ ਲੱਗ ਰਹੀ ਹੈ। ਅੱਛਾ, ਔਰ ਇਹ ਹਸਨੈਨ ਭਾਈ ਲੱਗ ਰਹੇ ਹੈ। ਚਲੋ, ਤੋ ਮੈਂ ਐਸਾ ਹੀ ਥਾ ਪਹਿਲੇ, ਛੋਟਾ ਸਾ ਥਾ ਨਾ। ਇਹ ਕੌਣ ਹੈ? ਇਹ ਮੈਂ ਕੋਟਸ ਹੈ। ये आंटी मिठू है जो छोटी सी थी, ये वाली, ये शादी के फौरी बाद हमने ये तस्वीर खिंचवाई थी, ये देखो, ठीक है। और ये भी तुम्हारी मम्मा है, ये शादी के पहले की खिंचवाई थी, ये देखो, ये भी शादी के बाद की है। ये देखो, ये कैसी लग रही है, ताज पहना हुआ है। ये फरवा भी और नहीं, नहीं जी,
पहले जो ये काम से जा रहा सी ना वड्डा मेरा बेटा तो बिल्कुल ही नहीं सी जान दे रहा। बहुत ज़्यादा उन्हें के लड़ाई पाई थी कि नहीं जाना है भी कोई काम में ये वो बढ़िया ने गल्लां कीतियां, लेकिन जो आहिस्ता आहिस्ता जान लगे ने वेख्या इन्होंने कि उत्थे जा रहे ने सारे जा रहे ने तो इन्हों को बुरा नहीं समझता उदो मन गया। छोटे बच्चे ने उन्होंने तो पता ही नहीं है वे वड्डी बेटी उन्होंने कोई इतराज नहीं से, सिर्फ वड्डे बेटे इतराज से। रिश्तेदार बहुत ज़्यादा नाराज ने, बल्कि के मजाक करते ने, कोई अच्छा नहीं समझता। मेरे अपने के देवर ने इन्हों के भाई नहीं अच्छा समझते, जो भी जाते हैं उदो कहते यार काम छड़ दे, काम च की पिया हो गंदा जहा काम है, कोई भी नहीं इन्हें पसंद करता, इन्हों की अम्मी तक नहीं इन्हें पसंद करती। तो लेकिन असी रिलैक्स हाँ क्योंकि इधर उधर के काम करके बहुत ज़्यादा वेख लिया हुए ने, पर हूँ नहीं दिल करता कोई भी काम कर। ये कोई काम नहीं है, ये तो बस ऐसी है लोगों को डराना और उसको हंसाना, लेकिन असल में ये लोग खुद मजबूर हैं कि उस वजह से काम करें, किसी ना कोई कोई ना कोई इनकी मजबूरी है। लेकिन ये है कि एक ये इंटरटेनमेंट भी है और कुछ लोग इनसे डरते भी हैं कि यार जब इनको जाके एकदम से किसी को डराते हैं, हाथ लगाते हैं, अगला एकदम शौक होता है यार ये क्या हो गया। लेकिन बात अब यही लोग हैं, कोई बच्चा वगैरह रो रहा हो तो उसको चुप भी करवा लेते हैं, उसको उल्टी सीधी हरकतें करके उसको हंसाते भी हैं। तो ये दोनों अच्छा भी है और बुरा भी है। मुझे प्लान अंकल से डर लगता है। कुछ ये है ने लोग जो अच्छा नहीं समझते, मेरा दिल तो मेरे दिल नु पता है कि मैं अच्छा करदार करना है, यानी कि जेडे कुछ ऐसे मेरे कुछ ऐसे ही रिश्तेदार भी ने जेड़ा इस चीज़ को अच्छा नहीं समझते। मैं समझना, मैनू पता कि मेरा एक सिस्टम चलिया, मेरा मुश्किल बनया, मैं किसी अगर हाथ नहीं फैलाना पैंदा, मैं अपने करदार से अपने बच्चे अपने फन से अपने बच्चों का रिजक कमा रहा। बच्चों के लिए अच्छा कर रहा है, अपना अपने बच्चों का बाल बच्चों का पेट पाल रहा है, अपने माँ बाप का करता और मेहनत करता है, वो अपने बच्चों को हंसाता है और फैमिलियाँ आती हैं उसको खुद बुलाती हैं। कोई बच्चे तंग भी करते हैं, कोई बच्चे प्यार भी करते हैं, कई बच्चे आ गए मेरे हाथ तीकर चूमते हैं, इन्ना को प्यार करते हैं। अच्छे समझदार भी मुंडे आ गए तंग करते हैं, कभी मेरा वेग छेन लेंदे ने, कभी मेरा मक्स, कभी वर्दी नूं इंज कर, मतलब तंग करने वाले भी ने प्यार करने वाले भी। यही मेरा चाहता कि मैं आखिरी दम तीकर यही फनकारी करा, मैनू इहदे विच बहुत मज़ा आता है और मेरा अपना दिल जेड़ा चाहे लोग बुरा कहन अच्छा कहन मैनू ये चीज़ ना नहीं है, मैनू हुण मेरा दिल मुतमैन है। मैं यही चाहना कि आखिरी सांस तिकर भी मैं जब तक मेरे च हिम्मत है मैं काम कर।